ਹਨੇਰੀ ਚੱਲੀ ਹੈ, ਦੋ ਤਿੰਨ ਦਿਨ ਹੋ ਗਏ ਨੇ ਵਾਹਵਾ ਤੇਜ਼। ਇਹ ਮੇਰੇ ਭਾਈ ਸੁਲਤਾਨ ਸਾਹਿਬ ਨੇ, ਇਹਨਾਂ ਨੇ ਮਾਸ਼ਾਅੱਲਾ ਕਿੰਨੀ ਮੁੰਜੀ ਲਾਈ ਸੀ ਭਾਜੀ। ਲਓ ਜੀ ਸੌਦਾ ਡਾਂਸ ਕਹਤੇ ਜਨਾਬ ਤੁਹਾਡੀ ਗੱਲ ਕਰਿਆ ਕਰੋ। ਅਸਲਾਮ ਵਾਲੇਕੁਮ ਜੀ ਦੋਸਤੋ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਮੈਂ ਉਮੀਦ ਕਰਨਾ ਸਾਰੇ ਦੋਸਤ ਠੀਕ ਹੋਣਗੇ। ਯਾਰ ਥੋੜ੍ਹਾ ਜਿਹਾ ਨਾ ਅੱਜ ਮਸਲਾ ਯਾਰ, ਪਰੇਸ਼ਾਨ ਹਾਂ ਮੈਂ ਅਤੇ ਹਨੇਰੀ ਚੱਲੀ ਹੈ, ਦੋ ਤਿੰਨ ਦਿਨ ਹੋ ਗਏ ਨੇ ਵਾਹਵਾ ਤੇਜ਼, ਅਤੇ ਉਹਦੀ ਵਜ੍ਹਾ ਦੇ ਨਾਲ ਮੁੰਜੀ ਜਿਹੜੀ ਹੈ ਨਾ ਪੱਕਣ 'ਤੇ ਆਈ ਸੀ ਅਤੇ ਮੁੰਜੀ ਡਿੱਗ ਗਈ ਹੈ, ਅਤੇ ਡਿੱਗੀ ਮੁੰਜੀ ਦਾ ਬੜਾ ਨੁਕਸਾਨ ਹੁੰਦਾ, ਝਾੜ ਜਿਹੜਾ ਨਾ ਮੁੰਜੀ ਦਾ ਬਹੁਤ ਜ਼ਿਆਦਾ ਘੱਟ ਜਾਂਦਾ। ਮੁੰਜੀ ਹੈ ਮੇਰੇ ਪਿੱਛੇ, ਤੁਸੀਂ ਵੇਖ ਸਕਦੇ ਹੋ, ਮੁੰਜੀ ਸਾਰੀ ਡਿੱਗ ਗਈ ਹੈ, ਵਿੱਚ ਵਿੱਚ ਟੱਲੀਆਂ ਬਹੁਤ ਜ਼ਿਆਦਾ ਡਿੱਗ ਗਈਆਂ ਨੇ। ਮੁੰਜੀ ਹੁਣ ਨਾ ਮਾਸ਼ਾਅੱਲਾ ਪੱਕਣ 'ਤੇ ਆਈ ਸੀ ਅਤੇ ਪਰਸੋਂ ਰਾਤ ਨੂੰ ਨਾ ਹਨੇਰੀ ਆਈ ਹੈ, ਅਤੇ ਉਹਦੀ ਵਜ੍ਹਾ ਦੇ ਨਾਲ ਜਿਹੜਾ ਨਾ ਬਹੁਤ ਨੁਕਸਾਨ ਹੋਇਆ। ਅਤੇ ਇਹ ਮੇਰੇ ਭਾਈ ਸੁਲਤਾਨ ਸਾਹਿਬ ਨੇ, ਇਹਨਾਂ ਨੇ ਮਾਸ਼ਾਅੱਲਾ ਕਿੰਨੀ ਮੁੰਜੀ ਲਾਈ ਸੀ ਭਾਅ ਜੀ? 9 ਕਿੱਲੇ ਜੀ। ਉੱਚੀ ਬੋਲੋ ਹਾਂ ਭਾਅ ਜੀ, 9 ਕਿੱਲੇ ਲਾਈ ਹੈ ਜੀ। 9 ਕਿੱਲੇ ਕਿਹੜੀ ਕਿਹੜੀ ਲਾਈ ਹਜੇ ਭਾਅ ਜੀ? ਸੁਪਰ 515। 515 ਕੋ ਬਿਮਾਰੀ ਸ਼ਮਾਰੀ ਤਾਂ ਨਹੀਂ ਹੈ? ਕੀ ਹੈ ਬਿਮਾਰੀ ਤਾਂ ਹੈ ਭਾਅ ਜੀ, ਜਿਹੜੀ ਐਤਕ ਹਵਾ ਚੱਲੀ ਇਹਦੇ ਨਾਲ ਵਾਹਵਾ ਜਿਹੜਾ ਨਾ ਮੁੰਜਰਾਂ ਨੂੰ ਫਰਕ ਪੈ ਗਿਆ ਜਨਾਬ। ਇਹ ਜਿਹੜੀ ਪਰਸੋਂ ਹਵਾ ਚੱਲੀ? ਹਾਂਜੀ ਹਾਂਜੀ। ਅਤੇ ਇਸ ਹਵਾ ਦਾ ਤੁਹਾਡੀ ਮੁੰਜੀ ਨੂੰ ਕੀ ਨੁਕਸਾਨ ਹੋਇਆ? ਨੁਕਸਾਨ ਇਹ ਮੁੰਜਰਾਂ ਉੱਤੋਂ ਸੁੱਕੀਆਂ ਨੇ ਵਿੱਚੋਂ ਫਸਲਾਂ ਦੀਆਂ, ਵਾਹਵਾ ਜ਼ਮੀਨਦਾਰਾਂ ਦਾ ਨੁਕਸਾਨ ਹੋਣ ਡਿਆ ਜੀ ਹਰ ਤਾਂ। ਅੱਛਾ, ਯਾਨੀ ਕਿ ਉਹ ਜਿਹੜੇ ਹਵਾ ਚੱਲਦੀ ਹੈ ਇਹ ਫਸਲ ਤਾਂ ਆ ਜਿਹੜਾ ਦਾਣਾ ਦੂਣਾ ਹੁੰਦਾ ਹੈ, ਵੇਖਾਂ ਇਹ ਦਾਣਾ ਫਿਰ ਆਪਸ 'ਚ ਵੱਜ ਕੇ ਇਹਦੀ ਵਜ੍ਹਾ ਨਾਲ ਫਿਰ ਦਾਗੀ ਹੋ ਜਾਂਦਾ ਨਾ ਦੁੱਧਾ। ਅੱਛਾ, ਇਹ ਦੁੱਧਾ ਦਾਗੀ ਹੋ ਜਾਂਦਾ, ਉਹਦੀ ਵਜ੍ਹਾ ਦੇ ਨਾਲ ਫਿਰ ਝਾੜ ਦੇ ਵਿੱਚ ਜਿਹੜਾ ਨਾ ਬੜਾ ਫਰਕ ਆ ਜਾਂਦਾ। ਬਿਲਕੁਲ ਬਿਲਕੁਲ। ਅਤੇ ਬਾਕੀ ਅੱਲਾ ਦੀ ਮਰਜ਼ੀ ਹੈ, ਖਰਚੇ ਤਾਂ ਐਕੀ ਬੜੇ ਹੋਏ ਨੇ, ਕਿੰਨਾ ਕਿੰਨਾ ਖਰਚਾ ਜੀ? ਅੱਲਾ ਦੀ ਰਜ਼ਾ ਹੈ, ਖਰਚੇ ਖੁਰਚੇ ਨਹੀਂ ਗਿਣੀ ਦੇ, ਜੇ ਜ਼ਿਮੀਦਾਰ ਖਰਚੇ ਗਿਣਗੇ ਫਿਰ ਤੁਹਾਨੂੰ ਜੀ ਸੁੱਕਾ ਮਰ ਜੇ। ਇੰਜੀ ਇਹ ਬਾਅਦ 'ਚ ਮੇਰੇ ਹਿਸਾਬ ਨਾਲ ਇਹ ਬਾਅਦ 'ਚ ਹਿਸਾਬ ਲੱਗਦੇ ਨੇ ਐਂਡ 'ਤੇ ਬਹਿ ਕੇ, ਕਿ ਮੇਰੇ ਹਿਸਾਬ ਨਾਲ ਬਾਅਦ 'ਚ ਬਰਾਬਰ ਖਾਣਾ ਦੇ ਜ਼ਿਮੀਦਾਰਾਂ ਨੂੰ ਹੀ ਹੈ ਨਾ ਪਾਗਲਾ, ਸਾਰਿਆਂ ਨੇ ਜ਼ਿਮੀਦਾਰ ਨੂੰ ਹੀ। ਹਾਂਜੀ ਗੱਲ, ਸ਼ੁਰੂ ਤੋਂ ਲੈ ਕੇ ਐਂਡ ਤੱਕ। ਹਾਂਜੀ ਗੱਲ, ਇਹ ਬਸ ਅੱਲਾ ਨੂੰ ਨਾ ਸ਼ਰਫਾਂ ਨੇ ਜ਼ਿਮੀਦਾਰ ਨੂੰ ਅੱਲਾ ਦੀਆਂ ਹੁਣ ਜੀ। ਹਾਂਜੀ ਗੱਲ, ਜ਼ਿਮੀਦਾਰ ਬਚੇ ਹੈ ਅੱਲਾ ਦੇ ਹੁਕਮ ਨਾਲ ਇਨਸ਼ਾਅੱਲਾ। ਲਓ ਵੀ ਦੋਸਤੋ, ਹੁਣ ਮੇਰਾ ਜ਼ਿਹਨ ਬਣਨ ਡਿਆ ਕਿ ਜਿਹੜਾ ਨਾ ਆਪਣਾ ਗੰਨਾ ਚੂਪ ਲਈਏ, ਮੁੰਜੀ ਦਾ ਤਾਂ ਹਾਲ ਤੁਸੀਂ ਵੇਖ ਲਿਆ, ਬਹੁਤ ਮੈਂ ਪਰੇਸ਼ਾਨ ਹਾਂ, ਅਤੇ ਹੁਣ ਮੇਰਾ ਜ਼ਿਹਨ ਬਣਦਾ ਪਿਆ ਕੋਈ ਇੱਥੋਂ ਗੰਨਾ ਤੋੜੀਏ ਕਮਾਦੋਂ ਅਤੇ ਉਹ ਚੂਪੀਏ, ਅਤੇ ਗੰਨਾ 'ਚ ਮੈਂ ਲੱਗਾ ਪਹਿਲੇ ਦਿਨ ਤੋੜਾਂ ਨੇ। ਆਹੋ, ਦਿਲ ਨੂੰ ਤਸੱਲੀ ਹੋਈ ਹੈ ਭਰਾਵਾ, ਇਸ ਸਾਲ ਪਹਿਲੀ ਵਾਰੀ ਲੱਗਾ ਗੰਨਾ ਤੋੜਨ, ਚੈੱਕ ਕਰਾ ਲੱਗੇ ਹਾਂ ਗੰਨੇ ਪੱਕੇ ਨੇ ਜਾਂ ਨਹੀਂ ਪੱਕੇ, ਕੱਚੇ ਨੇ ਕੀ ਹਿਸਾਬ ਹੈ ਕੀ ਨਹੀਂ ਹਿਸਾਬ। ਅਤੇ ਆਉਂਦੇ ਨੇ ਕਮਾਦੇ ਵੜ ਜਾਈਏ ਅਤੇ ਗੰਨਾ ਨਹੀਂ ਕੋਈ ਪਸੰਦ ਆਉਂਦਾ, ਉਹਦੇ ਪਹਿਲਾਂ ਹੀ ਭਾਜੀ ਪਸੰਦ ਆ ਗਿਆ ਹਾਂ ਤੇ ਤੋੜ ਲਿਆ ਜੀ ਜਨਾਬ। ਵਾਹ ਜੀ ਵਾਹ, ਆਪਣੀ ਫਸਲ 'ਚ ਆਉਂਦੇ ਨੇ ਹਮੇਸ਼ਾ ਪਹਿਲਾਂ ਹੀ ਗੰਨਾ ਪਸੰਦ ਆਉਂਦਾ। ਲਓ ਜਨਾਬ, ਬਿਸਮਿਲ੍ਲਾਹ। ਜਨਾਬ ਤੁਹਾਡੀ ਗੱਲ ਕਰਿਆ ਕਰੋ, ਸੱਚੀ ਦੱਸਿਆ ਕਰੋ। ਇਹ ਹੁਣ ਗੰਨਾ ਸਾਡਾ ਹੁਣ ਆਗ ਨੀ ਲੱਥਣਾ, ਮੈਨੂੰ ਸ਼ੱਕ ਪੈ ਗਿਆ ਜੀ ਮੈਂ ਆਗ ਨੀ। ਭਾਜੀ ਤੁਸੀਂ ਕੀ ਚੋਰੀ ਤੋੜਨ ਡੇ, ਆਪਣਾ ਤੋੜਨ ਡੇ? ਵੇਖਾਂ ਟੁੱਟਦਾ ਵੇਖਾਂ। ਲਓ ਜਨਾਬ, ਲਓ ਭਾਈ ਸੁਲਤਾਨ ਜੀ ਭਾਜੀ ਹੁਣ ਆਗ ਲੈ ਜਾਓ ਡੇਰੇ ਤੇ, ਮੈਂ ਨਾ ਤੁਸੀਂ ਲੈ ਜਾਓ ਜਾਣਾ ਤੇ ਤੁਸਾਂ ਵੀ ਹੈ, ਹੁਣ ਮੈਂ ਥੋੜਾ। ਠੀਕ ਹੈ ਜੀ, ਅੱਲਾ ਹਾਫਿਜ਼, ਅਸੀਂ ਹੁਣ ਚੱਲੇ ਹਾਂ ਭਾਜੀ ਆਪਣੀ ਦੂਸਰੀ ਮੋਟਰ ਤੇ ਫੇਰਾ ਮਾਰਨ। ਠੀਕ ਹੈ ਜੀ, ਤੇ ਮੈਂ ਹੁਣ ਜਨਾਬ ਤੁਹਾਨੂੰ ਜਿਹੜਾ ਨਾ ਗੰਨਾ ਚੂਪ ਕੇ ਵਹਾਨਾ ਕਿ ਗੰਨਾ ਛਿੱਲੀ ਦਾ ਕਹਿੰਜੇ ਤੇ ਚੂਪੀ ਦਾ ਦੋ ਟੋਟੇ ਦੇ ਕਰੋ, ਮੈਂ ਵੀ ਖਾਣਾ। ਉਹ ਭਾਈ ਜੀ ਪਹਿਲੋਂ ਸਬਰ ਕਰੋ, ਪੋਲਾ ਹੀ ਲੱਗਦਾ। ਕੋਈ ਦੱਸੇਗਾ ਵੀ ਕਿ ਮੀਂਹ ਵਾਂਗੂ ਕੌਮੇ ਤੇ ਤੁਰ ਗਿਆ ਤੁਸੀਂ? ਹੈ ਗੰਨਾ ਭਾਅ ਜੀ ਬਹੁਤ ਮਿੱਠਾ। ਅੱਛਾ, ਸਿਰਫ ਨਾ ਗੰਨੇ ਪੱਕ ਗਏ ਨੇ, ਲੋਕਾਂ ਨੂੰ ਐਵੇਂ ਜਾਣ ਕੇ ਆਖੀਦਾ ਹੀ ਹੈ ਨਹੀਂ ਪੱਕੇ, ਠੀਕ ਹੈ? ਲੋਕੀ ਮੰਗਣ ਆਈ ਜਾਂਦੇ, ਲੋਕੀ ਮੰਗਣ ਆਈ ਜਾਂਦੇ ਨੇ, ਜਿਹੜਾ ਕੋਈ ਮੇਰਾ ਮਕਸਦ 4 ਦਿਨ ਘਸੇ ਜਾਣਗੇ ਨਾ ਉਹ ਹੀ ਸਹੀ, ਕਮਾ ਤਿਆਰ ਹੋ ਗਿਆ। ਦੇਖੋ ਯਕੀਨ ਕਰੋ ਬਹੁਤ ਹੀ ਮਿੱਠਾ ਗੰਨਾ ਜੀ। ਚਲੀਏ ਹੁਣ ਡੇਰੇ ਵੱਲ। ਕਮਾਦ ਜਨਾਬ L54 ਹੈ। ਅੱਛਾ, ਬਹੁਤ ਪੋਲਾ ਹੈ, ਇਹ ਵੇਖੋ ਤੁਸੀਂ ਗੰਨਾ ਮਾਸ਼ਾਅੱਲਾ। ਇਹ ਕਿੰਨੇ ਕਿੱਲੇ ਵੀ ਲਾਇਆ? ਇਹ ਵੀਗਾ ਵੀਗਾ ਕਿੱਲਾ ਵੀ ਨਹੀਂ। ਅੱਛਾ, 1 ਵੀਗਾ ਅੱਧਾ ਕਿੱਲਾ, ਅੱਧੀ ਪੈਲੀ ਜਾਣੀ ਕਿ 4 ਕਣਾਂ ਦਾ। ਸਹੀ ਸਹੀ। ਚਲੋ ਫਿਰ ਗਾਉਣ ਟੁਰੋ, ਫਿਰ ਚਲੀਏ।
इधर बंदे रस्सा वटन डे ने गाइयां दा ते अब्दुलमान भाई हुण दो टोटे गन्ने दे करन लगे ने। छड्डो जी रसा वट कता है ते हुण कट्टी नु बाणा जे हुण जवान हो जाएगी। इन रसा पाना है जी ते तो बड़ा वड्डा रसा है ही चुकी फिरेगी रसा इन रसे नु चुकी फिरेगी ये तो लो जी सौदा डन ए चेक करो ए किन्ने दिनां दी हो गई चाचा ए हो गई है को 5-6 दिनां दी पंजां छां दिनां दी ते एडा वड्डा रसा पा छड़िया इनू लो भाई दोस्तों अज की वीडियो इतें खत्म करने इंशाल्लाह कल बहुत अच्छी वीडियो लैके अं आ रहे हैं कल वीडियो दे विच मियां बशीर साहब भी होणगे ते उस तो बाद जैन भी होएगा ते अमीर भी होएगा कल जनाब मैनू उम्मीद है कल पलटून सारी टीम होएगी ते कल इंशाल्लाह तुहानू नवीं वीडियो दे नाल मिलांगे। अज तो बस एवें जनाब तुहानू जिहड़ा ना अही थोड़ा जिहा विजिट करा खड़िया ते नाले अल्लाह हाफिज़ फौज साहब कहिंदे ने अल्लाह हाफिज़ ठीक है ओके जी अल्लाह हाफिज़।